ਕੀ ਇਹ ਪਲੈਨਡ ਅਟੈਕ ਸੀ ਜਾਂ ਇਹ ਸੈਬਨ ਹੋ ਗਿਆ? ਅੱਜ ਤੋਂ ਜੇ ਕੁਝ ਮਹੀਨੇ ਪਿੱਛੇ ਚੱਲੀਏ ਤਾਂ ਪੰਜਾਬ ਦੇ ਵਿੱਚ ਮਸੀਹਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਸੀ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਬੀਤੇ ਦਿਨਾਂ ਦੇ ਵਿੱਚ ਇਹੀ ਲੋਕ, ਇਹੀ ਜਥੇਬੰਦੀ, ਇਹੀ ਚਿਹਰੇ ਪਿੰਡਾਂ ਦੇ ਵਿੱਚ ਜਾ ਕੇ ਗਰੀਬ ਤੇ ਮਾਸੂਮ ਮਸੀਹੀ ਲੋਕਾਂ ਦਾ ਮੈਂਟਲੀ ਟੋਰਚਰ ਕਰ ਰਹੇ ਸੀ ਇਹ ਕਹਿ ਕੇ ਕਿ ਤੁਸੀਂ ਮਜ਼ਹਬੀ ਸਿੰਘ ਹੋ ਕੇ ਆਪਣੇ ਧਰਮ ਨੂੰ ਕਿਉਂ ਛੱਡਤਾ, ਤੁਸੀਂ ਚਰਚ ਜਾਣਾ ਕਿਉਂ ਸ਼ੁਰੂ ਕਰਤਾ। ਆ ਕੇ ਇਹਨਾਂ ਨੇ ਪੰਚਾਇਤ ਨੂੰ ਫਿਰ ਦੂਸਰੀ ਵਾਲੀ ਨਾਲ ਲੈ ਕੇ ਉਹਨਾਂ ਲੋਕਾਂ ਨੂੰ ਇਹ ਕਹਿ ਕੇ ਹਰਾਸ ਕਰਨਾ ਸ਼ੁਰੂ ਕੀਤਾ ਕਿ ਅਸੀਂ ਤੁਹਾਡਾ ਜਿਹੜਾ ਸਰਕਾਰੀ ਰਾਸ਼ਨ ਤੁਸੀਂ ਲੈਂਦੇ ਹੋ ਉਹ ਬੰਦ ਕਰਵਾ ਦਾਂਗੇ, ਅਸੀਂ ਪਿੰਡ ਦੇ ਲੋਕਾਂ ਨਾਲ ਤੁਹਾਡਾ ਮੇਲ ਮਿਲਾਪ ਬੰਦ ਕਰਵਾ ਦਾਂਗੇ। ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਚਰਚਾਂ ਦੇ ਬਾਹਰ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਿ ਆਉਣ ਵਾਲੇ ਪਗੜੀਧਾਰੀ ਲੋਕਾਂ ਨੂੰ ਜਾਂ ਜੋ ਲੋਕ ਇਹਨਾਂ ਦੇ ਨਾਲ ਕਿਸੇ ਸਮੇਂ ਸੰਗਤ ਕਰਦੇ ਰਹੇ ਸਨ ਉਹਨਾਂ ਨੂੰ ਇਹ ਕਹਿ ਕੇ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਦੇ ਵਿੱਚ ਚਲ ਗਿਆ ਕਿ ਤੁਸੀਂ ਸਿੱਖਾਂ ਨੂੰ ਬੇਵਕੂਫ ਤੇ ਵਿਹਲੇ ਸਮਝਣਾ ਬੰਦ ਕਰ ਦਿਓ ਕਿਉਂਕਿ ਸਿੱਖ ਕੌਮ ਬੜੀ ਪੜ੍ਹੀ ਲਿਖੀ ਤੇ ਸਮਝਦਾਰ ਕੌਮ ਹੈ। ਤੇ ਮੈਂ ਬਾਬਾ ਜੀ ਤੁਹਾਡੇ ਇੱਕ ਚੀਜ਼ ਪੁੱਛਣਾ ਚਾਹਾਂਗਾ, ਤੁਸੀਂ ਇਤਿਹਾਸ ਨੂੰ ਤੇ ਸਿੱਖ ਇਤਿਹਾਸ ਨੂੰ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਤੇ ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਸਿੱਖ ਲੋਕਾਂ ਨੂੰ ਪੱਗ ਦੀ ਦਾਤ ਬਖਸ਼ੀ ਸੀ ਤੇ ਉਹ ਪੱਗ ਕਿਹੜੀ ਸੀ? ਕਿ ਕਿਸੇ ਵੀ ਗੁਰੂ ਸਾਹਿਬਾਨ ਨੇ ਦਸਮ ਪਾਤਸ਼ਾਹ ਜੀ ਤੱਕ ਕਿਸੇ ਗੁਰੂ ਸਾਹਿਬਾਨ ਨੇ ਵੀ ਆਹ ਵਾਲੀ ਪਗੜੀ ਬੰਨੀ ਸੀ ਜਿਹੜੀ ਇਹ ਚਰਚਾਂ ਵਾਲੇ ਬੰਨੀ ਫਿਰਦੇ ਨੇ? ਤੁਸੀਂ ਗਲਤ ਟਰੈਕ ਤੇ ਹੋ ਬਾਬਾ ਜੀ, ਤੁਹਾਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ, ਤੁਹਾਨੂੰ ਚਰਚਾਂ ਵਾਲਿਆਂ ਨੂੰ ਪਗੜੀ ਬੰਨਣ ਤੋਂ ਹਟਾਉਣਾ ਨਹੀਂ ਬਲਕਿ ਸਿੱਖ ਕੌਮ ਨੂੰ ਸਹੀ ਪਗੜੀ ਜੋ ਵੀ ਦਿਖਾਉਣਾ ਬਾਬਾ ਉਹ ਮੈਨੂੰ ਇਹ ਸਿਖਾਉਣਾ ਚਾਹੀਦਾ ਹੈ। ਸਾਰਿਆਂ ਨੂੰ ਜੈਮਸੀ ਦੀ ਤੁਹਾਡਾ ਸਵਾਗਤ ਹੈ ਡਾਕਟਰ ਜੀਜ਼ਸ ਯੂਟਿਊਬ ਚੈਨਲ ਤੇ। ਦੋਸਤੋ, ਪੰਜਾਬ ਦਾ ਪਖਦਾ ਹੋਇਆ ਨਵਾਂ ਮੁੱਦਾ ਤੁਸੀਂ ਜਾਣਗੇ ਹੋਵੋਗੇ ਕਿ ਬੀਤੇ ਐਤਵਾਰ ਮਸੀਹਾਂ ਦੇ ਵਿੱਚ ਤੇ ਨਿਹੰਗ ਸਿੰਘਾਂ ਦੇ ਵਿੱਚ ਇੱਕ ਝੜਪ ਹੋਈ ਹੈ ਜਿਸ ਵਿੱਚ ਨਿਹੰਗ ਸਿੰਘਾਂ ਨੇ ਚਲਦੀ ਚਰਚ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕਾਂ ਨੇ ਧੱਕੇ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਲੋਕਾਂ ਦੀਆਂ ਗੱਡੀਆਂ ਵੀ ਉਹਨਾਂ ਨੇ ਤੋੜੀਆਂ। ਜਿਹਨੂੰ ਦੇਖਦਾ ਮਸੀਹ ਕਲੀਸਿਆ ਚੁੱਪਣਾ ਰਹੀ ਤੇ ਉਹਨਾਂ ਨੇ ਨਿਹੰਗ ਸਿੰਘਾਂ ਦੇ ਉੱਤੇ ਪਥਰਾਓ ਕਰ ਦਿੱਤਾ ਤੇ ਨਿਹੰਗ ਸਿੰਘ ਮੌਕਾ ਸਾਹਮਣੇ ਹੋਏ ਭੱਜ ਗਏ। ਇਸ ਸਾਰੇ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਦੋਨਾਂ ਧਿਰਾਂ ਦੇ ਬਿਆਨ ਸਾਹਮਣੇ ਆ ਚੁੱਕੇ ਨੇ। ਅਬੋਸ ਸੁਖਾਰਾਣਾ ਜੀ ਨੇ ਵੀ ਆਪਣੇ ਬਿਆਨ ਦਿੱਤੇ ਕਿ ਕੀ ਸਾਰਾ ਮੈਟਰ ਸੀ ਤੇ ਜਿਸ ਨਿਹੰਗ ਜਥੇਬੰਦੀ ਨੇ ਅਟੈਕ ਕੀਤਾ ਚਰਚ ਉੱਤੇ ਉਹਨਾਂ ਨੇ ਵੀ ਆਪਣੇ ਬਿਆਨ ਦਿੱਤੇ ਨੇ ਕਿ ਕੀ ਸਾਰੀ ਗੱਲਬਾਤ ਹੈ। ਪਹਿਲਾਂ ਉਹਨਾਂ ਬਿਆਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ। ਅਬੋਸ ਸੁਖਾਰਾਣਾ ਜੀ ਦੇ ਬਿਆਨ ਦੇ ਮੁਤਾਬਿਕ ਸਾਡੀ ਚਰਚ ਚੱਲ ਰਹੀ ਸੀ ਉਹਦੇ ਵਿੱਚ ਕੁਝ ਨਿਹੰਗ ਸਿੰਘਾਂ ਨੇ ਆ ਕੇ ਜਿਹੜੇ ਕਿ ਨਕਲੀ ਨਿਹੰਗ ਸਿੰਘ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਆ ਕੇ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਲੋਕ ਸਨ ਉਹ ਨਸ਼ੇ ਦੇ ਵਿੱਚ ਧੁੱਤ ਸਨ ਤੇ ਜੋ ਚਰਚ ਦੇ ਬਾਹਰ ਲੋਕ ਖੜੇ ਸਨ ਉਹਨਾਂ ਨੂੰ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਇੱਥੇ ਲੈਣ ਆਇਓ। ਜੋ ਪਗੜੀਧਾਰੀ ਲੋਕ ਸਨ ਉੱਥੇ ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਤੇ ਇਸੇ ਦੌਰਾਨ ਜਦ ਉਹਨਾਂ ਦੀ ਵਾਦ ਵਿਵਾਦ ਵਧਿਆ ਤੇ ਉਹਨਾਂ ਨੇ ਗੱਡੀਆਂ ਤੋੜੀਆਂ ਤੇ ਬਾਅਦ ਦੇ ਵਿੱਚ ਲੋਕਾਂ ਨੇ ਜਦ ਉਹਨਾਂ ਨਕਲੀ ਸਿੰਘਾਂ ਦੇ ਉੱਤੇ ਪਥਰਾਓ ਕੀਤਾ ਤੇ ਉਹ ਮੈਦਾਨ ਛੱਡ ਕੇ ਭੱਜ ਗਏ। ਇਸ ਨਾਲ ਪੌਸਾ ਸੁਖਪਾਰਾਣਾ ਜੀ ਦਾ ਬਿਆਨ ਤੇ ਇਸ ਵਿਸ਼ੇ ਦੇ ਉੱਤੇ ਜਿਸ ਨਿਹੰਗ ਜਥੇਬੰਦੀ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਹਨਾਂ ਵੀਰ ਆਪਣੇ ਬਿਆਨ ਦੇ ਰਹੇ ਨੇ ਕਿ ਅਸੀਂ ਉਸ ਰਸਤੇ ਤੋਂ ਗੁਜ਼ਰ ਰਹੇ ਸਾਂ ਤੇ ਅਸੀਂ ਦੇਖਿਆ ਚਰਚ ਦੇ ਬਾਹਰ ਕੁਝ ਸਿੱਖ ਨੌਜਵਾਨ ਖੜੇ ਨੇ ਤੇ ਅਸੀਂ ਉਹਨਾਂ ਨਾਲ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਦੱਸਦੇ ਨੇ ਕਿ ਸਾਨੂੰ ਪਹਿਲਾਂ ਇਹ ਗੱਲ ਲੱਗਿਆ ਕਿ ਉਹ ਲੋਕ ਸ਼ਾਇਦ ਡਰਾਈਵਰ ਵਗੈਰਾ ਆਏ ਹੋਣਗੇ ਕਿ ਉਹ ਡਰਾਈਵਰ ਵਗੈਰਾ ਸੰਗਤ ਲੈ ਕੇ ਆਏ ਹੋਣਗੇ ਤੇ ਉਹਨਾਂ ਨੇ ਸੋਚਿਆ ਕਿ ਉਹਨਾਂ ਨਾਲ ਗੱਲਬਾਤ ਕਰੀਏ। ਉਹਨੇ ਅੰਗਵੀਰ ਦੱਸਦੇ ਨੇ ਕਿ ਅਸੀਂ ਸੋਚਿਆ ਕਿ ਉਹਨਾਂ ਵੀਰਾਂ ਨਾਲ ਵਿਚਾਰ ਵਟਾਂਦਰਾ ਕਰੀਏ ਤੇ ਅਸੀਂ ਕਹਿੰਦੇ ਰੁਕ ਕੇ ਉਸ ਜਗ੍ਹਾ ਦੇ ਉੱਤੇ ਪਹੁੰਚੇ ਹਾਂ। ਸਾਨੂੰ ਉੱਥੇ ਸਿੱਖ ਵੀਰ ਦਿਖੇ ਨੇ ਜਿਨ੍ਹਾਂ ਨੇ ਪਗੜੀ ਪਾਈ ਹੋਈ ਸੀ, ਕੜੇ ਵਗੈਰਾ ਪਾਏ ਹੋਏ ਸਨ ਤੇ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਹਿ ਰਹੇ ਸਨ ਕਿ ਤੁਸੀਂ ਜਾਓ ਆਪਣਾ ਕੰਮ ਕਰੋ ਕਿ ਪਲੀਜ਼ ਤੁਸੀਂ ਇੱਥੇ ਕੁਝ ਵੀ ਸੀਨ ਕ੍ਰੀਏਟ ਨਾ ਕਰੋ। ਤੇ ਉਹ ਆਪ ਹੀ ਦੱਸਦੇ ਨੇ ਵੀਰ ਕਿ ਉੱਥੋਂ ਕੁਝ ਤੋਂ ਅੰਦਰੋਂ ਕੁਝ ਕਲੀਸਿਆ ਦੇ ਨੌਜਵਾਨ ਆਏ ਜਿਨ੍ਹਾਂ ਨੇ ਉਹਨਾਂ ਦਾ ਖਰਾਬ ਕੀਤਾ ਤੇ ਉੱਥੇ ਦੱਸਦੇ ਨੇ ਅਸੀਂ ਸਾਰੇ ਮਾਮਲੇ ਨੂੰ ਸਮਝਣ ਦੇ ਲਈ ਉੱਥੇ ਪਛਾਣ ਕਰਕੇ ਸਾਰਾ ਮਾਮਲਾ ਉਹਨੇ ਅੱਗੇ ਵੀਰ ਦੱਸ ਰਹੇ ਨੇ। ਪਰ ਹੁਣ ਇਸ ਮੁੱਦੇ ਦੇ ਉੱਤੇ ਵੀਡੀਓਜ਼ ਦੇ ਉੱਤੇ ਕੁਝ ਕਮੈਂਟਸ ਵੀ ਆ ਰਹੇ ਨੇ ਜੋ ਤੁਹਾਡੇ ਨਾਲ ਇੱਕ ਦੋ ਕਮੈਂਟਸ ਮੈਂ ਸਾਂਝੇ ਕਰਨਾ ਚਾਹਾਂਗਾ। ਇੱਕ ਵੀਰ ਲਿਖਦੇ ਨੇ ਕਹਿੰਦੇ ਜੋ ਉਹਨਾਂ ਨਾਲ ਵਿਚਾਰ ਵਟਾਂਦਰਾ ਹੀ ਉਹਨਾਂ ਸਿੰਘ ਭਰਾਵਾਂ ਨਾਲ ਕਰਨਾ ਸੀ ਤੇ ਤੁਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੇ ਜਾਂ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਵਿਚਾਰ ਵਟਾਂਦਰਾ ਕਰਦੇ ਕਿਸੇ ਦੀ ਚਲਦੀ ਚਰਚ ਦੇ ਵਿੱਚ ਜਾਣਾ ਇਹ ਚੰਗੀ ਗੱਲ ਨਹੀਂ ਹੈ। ਤੇ ਇੱਕ ਵੀਰ ਲਿਖਦੇ ਨੇ ਕਿ ਤੁਸੀਂ ਸ਼ਾਇਦ ਸਿੱਖ ਧਰਮ ਨੂੰ ਬਦਨਾਮ ਕਰਨ ਦਾ ਠੇਕਾ ਲੈ ਲਿਆ, ਤੁਸੀਂ ਨੇ ਤੇ ਇਹੋ ਜਿਹੇ ਕੋਈ ਕੰਮ ਕਰਦੇ ਹੋ ਜਿਹਦਾ ਕਰਕੇ ਸਿੱਖੀ ਨੂੰ ਬਦਨਾਮੀ ਮਿਲਦੀ ਹੈ। ਇਹਨਾਂ ਕਮੈਂਟਸ ਨੂੰ ਜਦ ਮੈਂ ਪੜ੍ਹ ਰਿਹਾ ਸੀ ਤੇ ਬਹੁਤ ਸਾਰੇ ਲੋਕਾਂ ਦੇ ਆਪਣੇ ਆਪਣੇ ਵਿਚਾਰ ਸੀ, ਕੁਝ ਲੋਕ ਇਹਨਾਂ ਨੂੰ ਸਹੀ ਕਹਿ ਰਹੇ ਸਨ, ਕੁਝ ਗਲਤ ਕਹਿ ਰਹੇ ਸਨ। ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਵਿਸ਼ੇ ਦੇ ਉੱਤੇ ਕੁਝ ਵਿਚਾਰ ਵਟਾਂਦਰਾ ਕਰਾਂਗੇ ਤੇ ਮੈਂ ਚਾਹਾਂਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਤੱਕ ਪਹੁੰਚਣੀ ਜ਼ਰੂਰੀ ਹੈ। ਚੀਜ਼ ਹੋਰ ਐਡ ਕਰਨਾ ਚਾਹੁੰਦਾ, ਇਸ ਮਸਲੇ ਦੇ ਨਾਲ ਨਾਲ ਇੱਕ ਹੋਰ ਮਸਲਾ ਚੱਲ ਰਿਹਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਿ ਪ੍ਰਵਾਸੀ ਮਜ਼ਦੂਰ ਇੱਥੇ ਪੰਜਾਬ ਦੇ ਵਿੱਚ ਜਗ੍ਹਾ ਲਈ ਜਾਂਦੇ ਆ, ਉਹ ਸਿੱਖਾਂ ਤੇ ਅਟੈਕ ਕਰਦੇ ਆ, ਸਿੱਖਾਂ ਤੇ ਜ਼ੁਲਮ ਕਰਦੇ ਆ। ਇਹ ਸਾਰਾ ਮੁੱਦਾ ਵੀ ਇਹਨਾਂ ਹੀ ਵੀਰਾਂ ਦੁਆਰਾ ਜਿਨ੍ਹਾਂ ਨੇ ਅਟੈਕ ਕੀਤਾ ਚਰਚ ਦੇ ਉੱਤੇ ਇਹਨਾਂ ਦੁਆਰਾ ਹੀ ਸਾਰਾ ਤੇ ਸੋਸ਼ਲ ਮੀਡੀਆ ਉੱਤੇ ਪਿਛਲੇ ਬੀਤੇ ਦਿਨਾਂ ਦੀਆਂ ਖਬਰਾਂ ਵੀ ਇਹੀ ਚੱਲ ਰਹੀਆਂ ਨੇ ਕਿ ਪ੍ਰਵਾਸੀ ਮਜ਼ਦੂਰਾਂ ਦੇ ਮਗਰ ਬੜੇ ਹੱਥ ਧੋ ਕੇ ਪਏ ਨੇ। ਹੁਣ ਆਨੇ ਆਪਾਂ ਮੇਨ ਮੁੱਦੇ ਦੇ ਉੱਤੇ, ਕੀ ਇਹ ਪਲੈਨਡ ਅਟੈਕ ਸੀ ਜਾਂ ਇਹ ਸੈਬਨ ਹੋ ਗਿਆ ਜਿੱਦਾਂ ਉਹ ਸਿੱਖ ਵੀਰ ਕਹਿ ਰਹੇ ਨੇ ਕਿ ਅਸੀਂ ਉਸ ਜਗ੍ਹਾ ਦੇ ਉੱਤੇ ਜਾ ਰਹੇ ਸੀ ਤੇ ਸੈਬਨ ਹੀ ਇਹ ਸਾਰੀ ਗੱਲਬਾਤ ਇਦਾਂ ਬਣ ਗਈ, ਪਰ ਅਸੀਂ ਚਾਹੁੰਦੇ ਨਹੀਂ ਸੀ
ਇੰਟਰਨੈਟ ਉੱਤੇ ਨੇ ਤੇ ਇਦਾਂ ਹੀ ਇਹਨਾਂ ਨੇ ਫਿਰ ਦੂਸਰਾ ਤਰੀਕਾ ਅਪਣਾਇਆ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਨੇ ਪੰਚਾਇਤ ਨੂੰ ਫਿਰ ਦੂਸਰੀ ਵਾਲੀ ਨਾਲ ਲੈ ਕੇ ਉਹਨਾਂ ਲੋਕਾਂ ਨੂੰ ਇਹ ਕਹਿ ਕੇ ਹਰਾਸ ਕਰਨਾ ਸ਼ੁਰੂ ਕੀਤਾ ਕਿ ਅਸੀਂ ਤੁਹਾਡਾ ਜਿਹੜਾ ਸਰਕਾਰੀ ਰਾਸ਼ਨ ਤੁਸੀਂ ਲੈਂਦੇ ਹੋ ਉਹ ਬੰਦ ਕਰਵਾ ਦਾਂਗੇ ਅਸੀਂ ਪਿੰਡ ਦੇ ਲੋਕਾਂ ਨਾਲ ਤੁਹਾਡਾ ਮੇਲ ਮਿਲਾਪ ਬੰਦ ਕਰਵਾ ਦਾਂਗੇ ਜੋ ਜੋ ਪਿੰਡ ਵਿੱਚੋਂ ਤੁਹਾਨੂੰ ਸਹੂਲਤਾਂ ਮਿਲਦੀਆਂ ਨੇ ਉਹ ਸਾਰੀਆਂ ਸਹੂਲਤਾਂ ਅਸੀਂ ਬੰਦ ਕਰਵਾ ਦਾਂਗੇ ਕਿਉਂਕਿ ਤੁਸੀਂ ਇੱਕ ਧਰਮ ਨੂੰ ਛੱਡ ਕੇ ਦੂਸਰੇ ਧਰਮ ਵਿੱਚ ਜਾ ਚੁੱਕੇ ਹੋ ਤੇ ਲੋਕਾਂ ਨੂੰ ਬੜੇ ਵੱਡੇ ਲੈਵਲ ਤੇ ਇਹਨਾਂ ਨੇ ਮਾਨਸਿਕ ਟੌਰਚਰ ਕੀਤਾ ਕਿ ਉਹ ਲੋਕ ਯਿਸੂ ਮਸੀਹ ਨੂੰ ਛੱਡ ਕੇ ਇਹਨਾਂ ਦੇ ਪਿੱਛੇ ਲੱਗ ਜਾਣ ਤੇ ਉੱਥੇ ਵੀ ਇਹਨਾਂ ਦੀ ਕੋਈ ਦਾਲ ਨਹੀਂ ਗੜੀ ਕਿਉਂਕਿ ਲੋਕ ਅੱਜ ਕੱਲ ਪੜ੍ਹੇ ਲਿਖੇ ਨੇ ਲੋਕ ਕਾਨੂੰਨ ਨੂੰ ਜਾਣਦੇ ਨੇ ਸੰਵਿਧਾਨ ਨੂੰ ਜਾਣਦੇ ਨੇ ਤੇ ਲੋਕ ਜਾਣਦੇ ਨੇ ਕਿ ਕਿਹੜੇ ਹੱਕ ਉਹਨਾਂ ਦੇ ਇਹਨਾਂ ਲੋਕਾਂ ਦੇ ਦੁਆਰਾ ਬੰਦ ਕੀਤੇ ਜਾ ਸਕਦੇ ਆ ਤੇ ਕਿਹੜੇ ਹੱਕ ਉਹਨਾਂ ਨੂੰ ਸਰਕਾਰ ਦਿੰਦੀ ਹੈ ਜਿਹੜੇ ਕਿ ਖੋਏ ਨਹੀਂ ਜਾ ਸਕਦੇ ਤੇ ਇਹਨੇ ਲੋਕਾਂ ਨੇ ਆਪਣਾ ਤੀਸਰਾ ਤਿਹਾਰ ਇਹ ਚੱਲਿਆ ਕਿ ਇਹਨਾਂ ਨੇ ਚਰਚ ਦੇ ਵਿੱਚ ਜਾ ਕੇ ਲੋਕਲ ਇੱਕ ਇਨਸਾਨ ਨੂੰ ਨਾਲ ਲੈ ਕੇ ਉਸ ਪਿੰਡ ਦੇ ਵਸਨੀਕ ਨੂੰ ਉਸ ਸ਼ਹਿਰ ਦੇ ਵਸਨੀਕ ਨੂੰ ਨਾਲ ਲੈ ਕੇ ਚਰਚ ਦੇ ਪਾਸਟਰ ਕੋਲ ਜਾ ਕੇ ਕੰਪਲੇਂਟ ਕਰਨੀ ਸ਼ੁਰੂ ਕੀਤੀ ਕਿ ਤੁਹਾਡੇ ਸਾਊਂਡ ਦਾ ਕਰਕੇ ਸਾਡੇ ਘਰ ਦੇ ਬਜ਼ੁਰਗ ਸੁਪਰਸਟਾਰ ਹੁੰਦੇ ਨੇ ਸਾਡੇ ਘਰ ਦੇ ਜਿਹੜੇ ਬੱਚੇ ਉਹ ਸਟਾਰ ਹੁੰਦੇ ਨੇ ਉਹਨਾਂ ਦੀ ਪੜ੍ਹਾਈ ਡਿਸਟਰਬ ਹੁੰਦੀ ਆ ਤੇ ਤੁਸੀਂ ਚਰਚ ਦੇ ਵਿੱਚ ਆਪਣਾ ਸਾਊਂਡ ਨਹੀਂ ਲਗਾਉਣਾ ਜੇ ਤੁਸੀਂ ਆਪਣਾ ਸਾਊਂਡ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਚਰਚ ਦੇ ਵਿੱਚ ਕਿਸੇ ਵੀ ਪਗੜੀਧਾਰੀ ਇਨਸਾਨ ਨੂੰ ਐਂਟਰ ਨਹੀਂ ਹੋਣ ਦੇਣਾ ਜੇ ਤੁਸੀਂ ਚਰਚ ਦੇ ਵਿੱਚ ਪਗੜੀਧਾਰੀ ਇਨਸਾਨ ਨੂੰ ਐਂਟਰ ਹੋਣ ਦੋਗੇ ਉਹ ਤੁਹਾਡੀ ਚਰਚ ਅਟੈਂਡ ਕਰੇਗਾ ਤੇ ਤੁਸੀਂ ਆਪਣਾ ਹਿਸਾਬ ਲਗਾ ਲਿਓ ਕਿ ਅਸੀਂ ਤੁਹਾਡਾ ਕੀ ਕਰਾਂਗੇ ਪਰ ਇੱਥੇ ਵੀ ਇਹਨਾਂ ਦੀ ਕੋਈ ਦਾਲ ਨਹੀਂ ਗੜੀ ਲੋਕਾਂ ਨੇ ਜਾ ਕੇ ਇਹਨਾਂ ਨੂੰ ਸਮਝਾਇਆ ਕਿ ਤੁਸੀਂ ਪਿੰਡ ਦੇ ਵਿੱਚ ਇਦਾਂ ਲੋਕਾਂ ਨੂੰ ਟੌਰਚਰ ਨਹੀਂ ਕਰ ਸਕਦੇ ਤੁਸੀਂ ਕਿਸੇ ਧਾਰਮਿਕ ਜਗ੍ਹਾ ਨੂੰ ਬੰਦ ਨਹੀਂ ਕਰਵਾ ਸਕਦੇ ਤੇ ਇਹਨਾਂ ਨੇ ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਚਰਚਾਂ ਦੇ ਬਾਹਰ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਿ ਆਉਣ ਵਾਲੇ ਪਗੜੀਧਾਰੀ ਲੋਕਾਂ ਨੂੰ ਜਾਂ ਜੋ ਲੋਕ ਇਹਨਾਂ ਦੇ ਨਾਲ ਕਿਸੇ ਸਮੇਂ ਸੰਗਤ ਕਰਦੇ ਰਹੇ ਸਨ ਉਹਨਾਂ ਨੂੰ ਇਹ ਕਹਿ ਕੇ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਦੇ ਵਿੱਚ ਚਲ ਗਿਆ ਤੂੰ ਆਪਣੇ ਆਪ ਨੂੰ ਵੇਚ ਦਿੱਤਾ ਜਾਂ ਬਹੁਤ ਸਾਰੀਆਂ ਹੋਰ ਇਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਪਰ ਯਿਸੂ ਮਸੀਹ ਬਾਰੇ ਕੂੜ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਹਨਾਂ ਲੋਕਾਂ ਦੇ ਵਿੱਚ ਤਾਂ ਕਿ ਉਹ ਲੋਕ ਡਰ ਕੇ ਬੇਇੱਜ਼ਤੀ ਮਹਿਸੂਸ ਕਰਕੇ ਚਰਚ ਜਾਣੋਂ ਬੰਦ ਹੋ ਜਾਣ ਪਰ ਇੱਥੇ ਵੀ ਇਹਨਾਂ ਦੀ ਕੋਈ ਦਾਲ ਨਹੀਂ ਗਲੀ ਤੇ ਅੰਤ ਇਹਨਾਂ ਨੇ ਸੋਚਿਆ ਕਿ ਚਲੋ ਇੱਕ ਵੱਡਾ ਹੱਥ ਮਾਰਦੇ ਆ ਕਿ ਚਲੋ ਹਵਾਈ ਪਲੰਡਾ ਮਾਰਦੇ ਆ ਜੇ ਡਰ ਗਏ ਤੇ ਗੱਲ ਬਣ ਜਾਏਗੀ ਪੂਰੇ ਪੰਜਾਬ ਦੇ ਵਿੱਚ ਆਪਣੀ ਬੱਲੇ ਬੱਲੇ ਹੋ ਜਾਏਗੀ ਕਿਉਂਕਿ ਅਸੀਂ ਬੀਤੇ ਸਮੇਂ ਦੇ ਵਿੱਚ ਦੇਖਿਆ ਨੇ ਇਹਨਾਂ ਲੋਕਾਂ ਦਾ ਮਕਸਦ ਕਿਸੇ ਧਰਮ ਦਾ ਪ੍ਰਚਾਰ ਕਰਨਾ ਨਹੀਂ ਬਲਕਿ ਆਪਣੀ ਫੁੱਕੀ ਵਾਹ ਵਾਹ ਇਕੱਠੀ ਕਰਨਾ ਵਾ ਕਿ ਅਸੀਂ ਕੌਮ ਦੇ ਲਈ ਬਹੁਤ ਦਰਦੀਆਂ ਤੇ ਅਸੀਂ ਬਹੁਤ ਦਰਦ ਰੱਖਦੇ ਆ ਕੌਮ ਦੇ ਲਈ ਤੇ ਮੈਂ ਇਹਨਾਂ ਲੋਕਾਂ ਨੂੰ ਇਹ ਦੱਸਣਾ ਚਾਹਨਾ ਵਾ ਕਿ ਤੁਸੀਂ ਸਿੱਖਾਂ ਨੂੰ ਬੇਵਕੂਫ ਤੇ ਵਿਹਲੇ ਸਮਝਣਾ ਬੰਦ ਕਰ ਦਿਓ ਕਿਉਂਕਿ ਸਿੱਖ ਕੌਮ ਬੜੀ ਪੜ੍ਹੀ ਲਿਖੀ ਤੇ ਸਮਝਦਾਰ ਕੌਮ ਆ ਉਹ ਜਾਣਦੇ ਨੇ ਕਿਹਨਾਂ ਨਾਲ ਉਹਨਾਂ ਨੇ ਮਿੱਤਰਤਾ ਕਰਨੀ ਹੈ ਤੇ ਕਿਹਨਾਂ ਨਾਲ ਉਹਨਾਂ ਨੇ ਦੁਸ਼ਮਣੀ ਕਰਨੀ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਕਿਹੜੇ ਲੋਕ ਉਹਨਾਂ ਦਾ ਘਾਣ ਕਰ ਰਹੇ ਨੇ ਜਾਂ ਕਿਹੜੇ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਨੇ ਸਿੱਖ ਕੌਮ ਬਾਖੂਬੀ ਜਾਣਦੀ ਹੈ ਕਿ ਕਿਹੜੇ ਲੋਕ ਉਹਨਾਂ ਦੇ ਨਾਲ ਨੇ ਤੇ ਕਿਹੜੇ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਨੇ ਤੁਸੀਂ ਲੋਕ ਜਾਣ ਕੇ ਸਿੱਖ ਕੌਮ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇੰਟਰਨੈਸ਼ਨਲੀ ਅਸੀਂ ਦੇਖ ਰਹੇ ਹਾਂ ਕਿ ਸਿੱਖ ਕੌਮ ਨੇ ਬੜੇ ਲੰਬੇ ਸਮੇਂ ਤੇ ਬੜੀ ਮਿਹਨਤ ਕਰਕੇ ਆਪਣੀ ਇਮੇਜ ਨੂੰ ਬਹੁਤ ਵਧੀਆ ਕੀਤਾ ਸੀ ਤੇ ਲੋਕ ਉਹਨਾਂ ਦੇ ਪ੍ਰਤੀ ਇੱਕ ਸੁਰੱਖਿਆ ਦੀ ਉਮੀਦ ਕਰਦੇ ਸਨ ਪਰ ਅੱਜ ਸਿੱਖ ਕੌਮ ਨੂੰ ਇਹਨਾਂ ਲੋਕਾਂ ਨੇ ਇਸ ਕਗਾਰ ਦੇ ਉੱਤੇ ਖੜਾ ਕਰਤਾ ਵਾ ਕਿ ਲੋਕ ਸਿੱਖਾਂ ਨੂੰ ਫਿਰ ਤੋਂ ਉਸੇ ਨਜ਼ਰ ਨਾਲ ਦੇਖਣ ਲੱਗ ਪਏ ਨੇ ਜੋ ਅੱਜ ਤੋਂ ਬਹੁਤ ਸਾਲ ਪਹਿਲਾਂ ਲੋਕ ਦੇਖਦੇ ਸਨ ਕਿ ਇਹ ਲੋਕ ਕਦੋਂ ਵੀ ਕੋਈ ਵਾਰਦਾਤ ਕਰ ਸਕਦੇ ਹੋ ਜੋ ਕਿ ਬੀਤੇ ਸਮੇਂ ਦੇ ਵਿੱਚ ਅਸੀਂ ਦੇਖਿਆ ਤੇ ਇਹ ਸਾਜ਼ਿਸ਼ ਸਰਕਾਰ ਦੇ ਖਿਲਾਫ ਵੀ ਹੈ ਸਰਕਾਰ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜੋ ਪੰਜਾਬ ਦਾ ਮਾਹੌਲ ਲੋਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਅਸਲ ਦੇ ਵਿੱਚ ਕਿਸੇ ਤੋਂ ਪਾਰਟਿਕੂਲਰ ਕਮਿਊਨਿਟੀ ਨੂੰ ਨਹੀਂ ਟਾਰਗੇਟ ਕਰ ਰਹੇ ਗਵਰਨਮੈਂਟ ਨੂੰ ਸੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਗਵਰਨਮੈਂਟ ਨੂੰ ਇਹਨਾਂ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਹੈ ਤੇ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹ ਲੋਕ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਮੈਂ ਇੱਕ ਚੀਜ਼ ਇਹਨਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਇੱਕੋ ਦਿਨ ਦੇ ਵਿੱਚ ਇੰਨੇ ਜ਼ਿਆਦਾ ਮਸੀਹੀ ਹੋਵੇ ਜਾਂ ਪੰਜਾਬ ਦੇ ਵਿੱਚ ਆਈ ਨਵੀਂ ਸਰਕਾਰ ਤੋਂ ਬਾਅਦ ਇੰਨੇ ਜ਼ਿਆਦਾ ਮਸੀਹੀ ਹੋਵੇ ਕਿ ਤੁਸੀਂ ਵਿਰੋਧ ਕਰ ਰਹੇ ਹੋ ਉਦੋਂ ਤੁਸੀਂ ਕਿੱਥੇ ਸੀ ਜਦੋਂ ਯੂਪੀ ਬਿਹਾਰ ਤੋਂ ਲੋਕ ਆ ਰਹੇ ਸਨ ਪੰਜਾਬ ਦੇ ਵਿੱਚ ਕੰਮ ਕਰਨ ਦੇ ਲਈ ਉਦੋਂ ਤੁਸੀਂ ਲੋਕ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਕੰਮ ਦੇ ਉੱਤੇ ਲਗਾ ਰਹੇ ਸੀ ਤਾਂ ਅੱਜ ਤੁਸੀਂ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਵੀ ਵਿਰੋਧ ਦੇ ਵਿੱਚ ਇਸ ਕਰਕੇ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਇਹ ਸਾਜ਼ਿਸ਼ ਇਹਨਾਂ ਲੋਕਾਂ ਦੀ ਕਿਹਨਾਂ ਦੇ ਖਿਲਾਫ ਜਾ ਰਹੀ ਹੈ ਜਾਂ ਲੋਕ ਕਿਹਨਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਸਿੱਖ ਕੌਮ ਨੂੰ ਸਮਝਣ ਦੀ ਵੀ ਲੋੜ ਹੈ ਸਾਰੇ ਮਾਮਲੇ ਬਾਰੇ ਬਾਬਾ ਰਣਜੀਤ ਸਿੰਘ ਜੀ ਦੇ ਇਹ ਬਿਆਨ ਨੇ ਕਿ ਇਹ ਸਾਰਾ ਰੌਲਾ ਸਾਰੀ ਲੜਾਈ ਜਿਹੜੀ ਆ ਉਹ ਆਇਡੈਂਟੀਟੀ ਦੀ ਹੈ ਬਾਬਾ ਰਣਜੀਤ ਸਿੰਘ ਜੀ ਉਹੀ ਨੇ ਅੰਗ ਸਿੰਘ ਨੇ ਜਿਹਨਾਂ ਦੀ ਪੂਰੀ ਟੀਮ ਚਰਚ ਉੱਤੇ ਜਾ ਕੇ ਅਟੈਕ ਕਰਦੀ ਹੈ ਤੇ ਅੱਜ ਸਾਰਾ ਮਾਹੌਲ ਬੰਦ ਹੈ ਜੇ ਨਾਮ ਲੈਣ ਦੇ ਵਿੱਚ ਮੇਰੇ ਤੋਂ ਕੋਈ ਮਿਸਟੇਕ ਹੋਈ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਚਾਹਾਂਗਾ ਬਾਬਾ ਰਣਜੀਤ ਸਿੰਘ ਜੀ ਦੇ ਬਿਆਨ ਨੇ ਕਿ ਸਾਰਾ ਰੌਲਾ ਸਾਰੀ ਲੜਾਈ ਆਇਡੈਂਟੀਟੀ ਦੀ ਹੈ ਇਹ ਲੋਕ ਸਾਡੀ ਆਇਡੈਂਟੀਟੀ ਯੂਜ਼ ਕਰਦੇ ਨੇ ਪੱਗ ਬੰਨ ਕੇ ਲੋਕਾਂ ਨੂੰ ਚਰਚ ਦੇ ਵੱਲ ਖਿੱਚਣ ਲਈ ਤੇ ਮੈਂ ਬਾਬਾ ਜੀ ਤੁਹਾਡੇ ਤੋਂ ਇੱਕ ਚੀਜ਼ ਪੁੱਛਣਾ ਚਾਹਾਂਗਾ ਤੁਸੀਂ ਇਤਿਹਾਸ ਨੂੰ ਤੇ ਸਿੱਖ ਇਤਿਹਾਸ ਨੂੰ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਤੇ ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਸਿੱਖ ਲੋਕਾਂ ਨੂੰ ਪੱਗ ਦੀ ਦਾਤ ਬਖਸ਼ੀ ਸੀ ਤੇ ਉਹ ਪੱਗ ਕਿਹੜੀ ਸੀ ਕੀ ਉਹ ਦਮਾਲਾ ਸਾਹਿਬ ਸੀ ਇਹੀ ਪੱਗ ਸੀ ਜਿਹੜੀ ਚਰਚਾ ਵਾਲੇ ਬੰਨੀ ਫਿਰਦੇ ਨੇ ਤੇ ਬਾਬਾ ਜੀ ਕੋਈ ਚੀਜ਼ ਤੁਹਾਡੇ ਤੋਂ ਮੈਂ ਪੁੱਛਣਾ ਚਾਹਨਾ ਵਾ ਤੁਸੀਂ ਸਿੱਖ ਇਤਿਹਾਸ ਨੂੰ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਤੇ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਨੂੰ ਵੀ ਬਹੁਤ
ਅੱਜ ਕੱਲ ਪਟਿਆਲਾ ਸ਼ਾਹੀ ਵੀ ਇਹਨੂੰ ਕਹੀ ਜਾਂਦੇ ਆ, ਉਹ ਸ਼ਾਇਦ ਇਤਿਹਾਸ ਨੂੰ ਕਿਸੇ ਹੋਰ ਇਤਿਹਾਸ ਨੂੰ ਪੜ੍ਹ ਰਹੇ ਨੇ ਜਿਹੜਾ ਵੀ ਤੁਸੀਂ ਨਹੀਂ ਪੜ੍ਹਿਆ, ਜਾਂ ਪਲੀਜ਼ ਤੁਹਾਨੂੰ ਉਹਨਾਂ ਦੇ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਸਟੇਟਮੈਂਟ ਸਹੀ ਹੈ ਜਾਂ ਤੁਹਾਡੀ ਸਟੇਟਮੈਂਟ ਸਹੀ ਹੈ। ਸਿੱਖ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਦਮਾਲਾ ਬੰਨਦੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਟੇਢੀ ਪੱਗ ਬੰਨਦੇ ਨੇ, ਪਰ ਅਸਲ ਦੇ ਵਿੱਚ ਤੁਸੀਂ ਕਹਿੰਦੇ ਹੋ ਜਿਹੜੀ ਪੱਗ ਤੁਸੀਂ ਬੰਨਦੇ ਹੋ ਦਮਾਲਾ ਸਾਹਿਬ ਉਹੀ ਸਹੀ ਹੈ, ਪਰ ਉਹ ਲੋਕ ਕਹਿ ਰਹੇ ਨੇ ਕਿ ਸਾਡੀ ਪੱਗ ਸਹੀ ਹੈ। ਇਸ ਕਰਕੇ ਤੁਹਾਨੂੰ ਆਪਣੀ ਕੌਮ ਨਾਲ ਵਿਚਾਰ ਕਰਨਾ ਚਾਹੀਦਾ ਹੈ, ਨਾ ਕਿ ਚਰਚਾ ਉੱਤੇ ਅਟੈਕ ਕਰਨਾ ਚਾਹੀਦਾ ਹੈ ਕਿ ਤੁਸੀਂ ਪੱਗ ਬੰਨ ਕੇ ਚਰਚ ਦੇ ਵਿੱਚ ਕਿਉਂ ਖੜੇ ਜੇ। ਤੇ ਮੈਂ ਬਾਬਾ ਜੀ ਤੁਹਾਡੇ ਗਿਆਨ ਦੇ ਵਿੱਚ ਇੱਕ ਵਾਅਦਾ ਕਰਨਾ ਚਾਹਾਂਗਾ, ਪੂਰੇ ਭਾਰਤ ਦੇ ਵਿੱਚ ਸੈਂਕੜਿਆਂ ਤਰ੍ਹਾਂ ਦੀਆਂ ਪੱਗਾਂ ਬੰਨੀਆਂ ਜਾਂਦੀਆਂ ਨੇ। ਬਹੁਤ ਸਾਰੇ ਲੋਕ ਜਿਹੜੇ ਰਾਜਸਥਾਨ ਵਾਲੇ ਰਹਿੰਦੇ ਨੇ ਉਹ ਆਪਣੇ ਤਰੀਕੇ ਨਾਲ ਪੱਗ ਬੰਨਦੇ ਨੇ, ਜਿਹੜੇ ਹਰਿਆਣੇ ਵਾਲੇ ਰਹਿੰਦੇ ਨੇ ਉਹ ਆਪਣੇ ਤਰੀਕੇ ਨਾਲ ਪੱਗ ਬੰਨਦੇ ਨੇ, ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਅਲੱਗ ਅਲੱਗ ਤਰੀਕਿਆਂ ਦੀਆਂ ਪੱਗਾਂ ਬੰਨਦੇ ਨੇ। ਤੁਹਾਨੂੰ ਪਤਾ ਜਿਹੜੇ ਲਾਲੇ ਉਹ ਅਲੱਗ ਤਰੀਕੇ ਦੀ ਪੱਗ ਬੰਨਦੇ ਨੇ, ਜਿਹੜੇ ਸਿੱਖ ਲੋਕ ਨੇ ਉਹ ਅਲੱਗ ਤਰੀਕੇ ਦੀ ਪੱਗ ਬੰਨਦੇ ਨੇ, ਤੇ ਇਦਾਂ ਹੀ ਪੂਰੇ ਭਾਰਤ ਦੇ ਵਿੱਚ ਕਈ 100 ਤਰ੍ਹਾਂ ਦੀਆਂ ਪੱਗਾਂ ਬੰਨਣ ਦੇ ਡਿਜ਼ਾਈਨ ਇੰਟਰਨੈਟ ਉੱਤੇ ਮੌਜੂਦ ਨੇ, ਜਿਹੜੇ ਕਿ ਲੋਕ ਪੱਗ ਬੰਨਦੇ ਨੇ, ਪਰ ਉਹਨਾਂ ਦਾ ਸਿੱਖ ਧਰਮ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ, ਪਰ ਫਿਰ ਵੀ ਉਹ ਪੱਗ ਬੰਨਦੇ ਨੇ। ਕੀ ਪੱਗ ਦੇ ਉੱਤੇ ਪਹਿਲਾਂ ਤੁਹਾਡਾ ਕਾਪੀਰਾਈਟ ਹੈ? ਮੈਂ ਮੰਨਦਾ ਤੁਹਾਡਾ ਕਾਪੀਰਾਈਟ ਦਮਾਲਾ ਸਾਹਿਬ ਜੀ ਤੇ ਹੋ ਸਕਦਾ ਹੈ, ਪਰ ਪੱਗ ਦੇ ਉੱਤੇ ਤੁਹਾਡਾ ਕੋਈ ਕਾਪੀਰਾਈਟ ਨਹੀਂ, ਨਾ ਹੀ ਸਿੰਘ ਸ਼ਬਦ ਉੱਤੇ ਤੁਹਾਡਾ ਕੋਈ ਕਾਪੀਰਾਈਟ ਹੈ। ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਕਿ ਸਿੱਖ ਧਰਮ ਦੇ ਨਹੀਂ ਆ, ਪਰ ਉਹ ਆਪਣੇ ਨਾਮ ਦੇ ਮਗਰ ਸਿੰਘ ਸ਼ਬਦ ਯੂਜ਼ ਕਰਦੇ ਨੇ, ਕਿਉਂਕਿ ਹਰ ਇਨਸਾਨ ਨੂੰ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਸ਼ਬਦ ਨੂੰ ਆਪਣੇ ਨਾਮ ਦੇ ਮਗਰ ਲਗਾਉਣ ਦਾ ਅਧਿਕਾਰ ਹੈ। ਪਹਿਲਾਂ ਸਿੰਘ ਹੀ ਨਹੀਂ, ਕੋਈ ਵੀ ਇਨਸਾਨ ਕਿਸੇ ਵੀ ਸ਼ਬਦ ਨੂੰ ਆਪਣੇ ਨਾਮ ਦੇ ਮਗਰ ਲਗਾ ਸਕਦਾ ਹੈ, ਜਿੱਦਾਂ ਬਹੁਤ ਸਾਰੇ ਲੋਕ ਅੱਜ ਸਿੱਖ ਕਮਿਊਨਿਟੀ ਦੇ ਵਿੱਚ ਆਪਣੇ ਨਾਮ ਦੇ ਮਗਰ ਖਾਲਿਸਤਾਨੀ ਲਗਾਉਂਦੇ ਨੇ। ਅੱਜ ਦੀ ਮੌਜੂਦਾ ਸਥਿਤੀ ਦੇ ਵਿੱਚ ਖਾਲਿਸਤਾਨ ਕੋਈ ਦੇਸ਼ ਨਹੀਂ ਹੈ, ਉਹ ਸਿਰਫ ਇੱਕ ਵਿਚਾਰਧਾਰਾ ਹੈ ਜੋ ਲੋਕਾਂ ਦੇ ਮਨ ਦੇ ਵਿੱਚ, ਜੋ ਸਿੱਖ ਕੌਮ ਸੋਚਦੀ ਆਪਣੇ ਭਵਿੱਖ ਦੇ ਲਈ ਕਿ ਇੱਕ ਪਵਿੱਤਰ ਨਗਰ, ਇੱਕ ਖਾਲਿਸ ਨਗਰ ਹੋਏਗਾ ਸਾਡੇ ਕੋਲ, ਜਿਹਦੇ ਵਿੱਚ ਸਿੱਖ ਕਮਿਊਨਿਟੀ ਆਮ ਲੋਕਾਂ ਦੇ ਨਾਲ ਇੱਕ ਵਧੀਆ ਤਰੀਕੇ ਨਾਲ ਮੇਲ ਮਿਲਾਪ ਦੇ ਨਾਲ ਰਹੇਗੀ, ਪਰ ਉਹ ਹਜੇ ਫਿਜ਼ੀਕਲ ਫਾਰਮ ਦੇ ਵਿੱਚ ਨਹੀਂ ਆ। ਪਰ ਬਹੁਤ ਸਾਰੇ ਲੋਕ ਆਪਣੇ ਨਾਮ ਦੇ ਮਗਰ ਖਾਲਿਸਤਾਨੀ ਲਗਾਉਂਦੇ ਨੇ, ਕਿ ਉਹਨਾਂ ਦੇ ਨਾਮ ਦੇ ਮਗਰ ਤੁਸੀਂ ਖਾਲਿਸਤਾਨੀ ਸ਼ਬਦ ਹਟਾ ਦੋਗੇ, ਜਾਂ ਤੁਸੀਂ ਹਰ ਸਿੱਖ ਦੇ ਨਾਮ ਦੇ ਮਗਰ ਖਾਲਿਸਤਾਨੀ ਲਗਾ ਦੋਗੇ ਜੇ ਤੁਸੀਂ ਉਹਦਾ ਫੇਵਰ ਕਰ ਦਿਓ। ਤੁਹਾਨੂੰ ਇਹਨਾਂ ਚੀਜ਼ਾਂ 'ਤੇ ਆਪਣੀ ਕੌਮ ਨਾਲ ਵਿਚਾਰ ਕਰਨ ਦੀ ਲੋੜ ਹੈ, ਨਾ ਕਿ ਦੂਸਰੀਆਂ ਕੌਮਾਂ ਦਾ ਅੱਡੇ ਪਾਈ ਲੈਣ ਦੀ ਲੋੜ ਹੈ ਕਿ ਤੁਸੀਂ ਕੀ ਸਹੀ ਕਰ ਰਹੇ ਹੋ, ਕੀ ਗਲਤ ਕਰ ਰਹੇ ਹੋ। ਅਸੀਂ ਜੋ ਕਰ ਰਹੇ ਹਾਂ ਅਸੀਂ ਬਾਖੂਬੀ ਜਾਣਦੇ ਹਾਂ ਕਿ ਅਸੀਂ ਕੀ ਕਰਨਾ ਹੈ, ਕਿੱਦਾਂ ਕਰਨਾ, ਸਾਡਾ ਪਰਮੇਸ਼ੁਰ ਸਾਨੂੰ ਕੀ ਕਹਿੰਦਾ ਹੈ। ਤੁਹਾਨੂੰ ਲੋਕਾਂ ਨੂੰ ਡਰਾਂ ਧਮਕਾਉਣ ਦੀ ਜ਼ਰੂਰਤ ਨਹੀਂ ਆ ਕਿ ਤੁਸੀਂ ਆਪਣੇ ਨਾਮ ਦੇ ਮਗਰ ਸਿੰਘ ਹਟਾਓ। ਮੈਂ ਤੁਹਾਡੇ ਇੱਕ ਚੀਜ਼ ਪੁੱਛਣਾ ਚਾਹੁੰਦਾ ਵਾਂ, ਤੁਹਾਡੇ ਬਹੁਤ ਸਾਰੇ ਸਿੱਖ ਵੀਰ ਵਿਦੇਸ਼ਾਂ ਦੇ ਵਿੱਚ ਜਾ ਕੇ, ਕਈਆਂ ਨੇ ਰੈਫਿਊਜੀ ਸਟੇਟਸ ਲਏ ਆ, ਕਈ ਪੜ੍ਹਾਈ ਦੇ ਤੌਰ ਤੇ ਗਏ ਨੇ, ਕਈ ਕੰਮ ਦੇ ਤੌਰ ਤੇ ਗਏ ਨੇ, ਉਹ ਕ੍ਰਿਸਚੀਅਨ ਕੰਟਰੀਜ਼ ਦੇ ਵਿੱਚ ਸੈਟਲ ਹੋਏ ਨੇ। ਕੀ ਪੀਆਰ ਦੇਣ ਵੇਲੇ ਕ੍ਰਿਸਚੀਅਨ ਕੰਟਰੀ ਨੇ ਕਿਹਾ ਸੀ ਕਿ ਤੁਸੀਂ ਆਪਣੇ ਨਾਮ ਦੇ ਮਗਰੋਂ ਸਿੰਘ ਹਟਾਓ, ਤੁਹਾਨੂੰ ਤਾਂ ਪੀਆਰ ਦੇਵਾਂਗੇ, ਜਾਂ ਤੁਸੀਂ ਸਿੱਖ ਧਰਮ ਨੂੰ ਛੱਡੋ, ਤੁਹਾਨੂੰ ਤਾਂ ਪੀਆਰ ਦੇਵਾਂਗੇ। ਕ੍ਰਿਸਚੀਅਨ ਕੰਟਰੀਜ਼ ਦੇ ਵਿੱਚ ਜਾ ਕੇ ਤੁਹਾਡੇ ਲੋਕ ਸੈਟਲ ਨੇ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਜੋ ਆਪਣੀ ਕੌਮ ਨੂੰ ਆਪਣੇ ਲੋਕਾਂ ਨੂੰ ਨਿਯਮ ਦਿੱਤੇ ਸੀ, ਉਹਨਾਂ ਦੀ ਬਦੌਲਤ ਤੁਹਾਡੇ ਲੋਕ ਸੈਟਲ ਹੋ ਰਹੇ ਨੇ ਵਿਦੇਸ਼ਾਂ ਵਿੱਚ ਜਾ ਕੇ। ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਨੇ ਕਿ ਯਿਸੂ ਮਸੀਹ ਨੇ ਪੰਜਾਬ ਲਈ ਕੀ ਕੀਤਾ, ਸਾਡੇ ਪੂਰਵਜਾਂ ਨੇ ਇੱਥੇ ਖੂਨ ਡੋਲਿਆ ਵਾ, ਇੱਥੇ ਕੁਰਬਾਨੀਆਂ ਦਿੱਤੀਆਂ ਵਾ, ਕੀ ਕ੍ਰਿਸਚੀਅਨਾਂ ਦੀ ਕੀ ਦੇਣਾ ਪੰਜਾਬ ਲਈ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕ੍ਰਿਸਚੀਅਨ ਕੌਮ ਨੇ ਜਿਹੜਾ ਖੂਨ ਇਸ ਧਰਤੀ ਉੱਤੇ ਡੁੱਲਿਆ ਵਾ, ਉਹਨਾਂ ਦੇ ਵਿੱਚ ਹੋਰ ਧੀਆਂ ਪੁੱਤਰਾਂ ਦਾ ਖੂਨ ਨਾ ਡੁੱਲੇ, ਉਹਦੇ ਲਈ ਪ੍ਰਭੂ ਯਿਸੂ ਮਸੀਹ ਨੇ ਇਸ ਧਰਤੀ ਉੱਤੇ ਕੰਮ ਕੀਤਾ ਵਾ, ਉਹਨਾਂ ਦੇ ਨਿਯਮ ਦੇ ਪ੍ਰਭੂ ਯਿਸੂ ਮਸੀਹ ਦੇ ਨੇ, ਉਹੀ ਨਿਯਮਾਂ ਨੂੰ ਅੱਜ ਕ੍ਰਿਸਚੀਅਨ ਕੰਟਰੀ ਯੂਜ਼ ਕਰਕੇ ਤੁਹਾਨੂੰ ਪੀਆਰ ਦੇ ਰਹੀ ਹੈ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ, ਪਵਿੱਤਰ ਬਾਈਬਲ ਮਸੀਹੀ ਲੋਕ ਜਿਹਨਾਂ ਨਿਯਮਾਂ ਨੂੰ ਫੋਲੋ ਕਰਦੇ ਨੇ, ਉਹ ਨਿਯਮ ਪਿਤਾ ਪਰਮੇਸ਼ਵਰ ਨੇ ਜੋ ਦਿੱਤੇ ਆਪਣੇ ਲੋਕਾਂ ਨੂੰ, ਉਹਨਾਂ ਦੇ ਵਿੱਚ ਇੱਕ ਹੁਕਮ ਸੀ, ਤੂੰ ਪਰਦੇਸੀਆਂ ਨਾਲ ਧੱਕਾ ਨਾ ਕਰਨਾ, ਤੂੰ ਪਰਦੇਸੀਆਂ ਨੂੰ ਆਪਣੇ ਵਿੱਚ ਰੱਖਣਾ ਤੇ ਆਪਣੇ ਜੰਮੇ ਹੋਇਆਂ ਦੇ ਸਮਾਨ ਅਧਿਕਾਰ ਦੇਣਾ। ਅੱਜ ਰੈਫਿਊਜੀ ਸਟੇਟਸ ਲੈ ਕੇ ਇੱਕ ਬੰਦਾ ਕੈਨੇਡਾ ਦੇ TR ਵਾਲਾ ਅਧਿਕਾਰ ਰੱਖਦਾ ਹੈ, ਉਹਨੂੰ ਸਟੇਟਸ ਭਾਵੇਂ ਰੈਫਿਊਜੀ ਮਿਲਿਆ ਵਾ, ਪਰ ਜਿਹੜਾ ਕੈਨੇਡਾ ਦਾ, US ਦਾ, ਆਸਟ੍ਰੇਲੀਆ ਦਾ ਬੌਨ ਆ, ਉੱਥੇ ਦੇ ਜੰਮੇ ਹੋਏ ਨੇ ਜਿਹੜੇ ਅਧਿਕਾਰ ਮਿਲਦੇ ਨੇ, ਉਹ ਅੱਜ ਰੈਫਿਊਜੀ ਸਟੇਟਸ ਵਾਲੇ ਨੂੰ ਵੀ ਸੇਮ ਅਧਿਕਾਰ ਮਿਲਦੇ ਨੇ, ਬਿਨਾਂ ਕਿਸੇ ਕੱਟ ਤੋਂ, ਬਿਨਾਂ ਕਿਸੇ ਸ਼ਰਤਾਂ ਤੋਂ। ਜਿਹੜਾ ਕਿ ਉੱਥੇ ਜਾ ਕੇ PR ਹੁੰਦਾ, ਇੱਥੇ ਪੜ੍ਹਾਈ ਦੇ ਬੇਸ ਦੇ ਉੱਤੇ ਜਾ ਕੇ ਕਿਸੇ ਵੀ ਤਰੀਕੇ ਨਾਲ PR ਹੁੰਦਾ, ਉਹਨੂੰ ਵੀ ਸੇਮ ਉਹੀ ਅਧਿਕਾਰ ਮਿਲਦੇ ਜੋ ਆਸਟ੍ਰੇਲੀਆ ਦੇ, ਕੈਨੇਡਾ ਦੇ, US ਦੇ ਵਸਨੀਕ ਨੂੰ ਮਿਲਦੇ, ਉੱਥੇ ਦੇ ਰਹਿਣ ਵਾਲੇ ਨੂੰ ਬੈਨ ਨੂੰ ਮਿਲਦੇ। ਇਹ ਸਾਰੇ ਅਧਿਕਾਰ ਬਾਈਬਲ ਦੇ ਵਿੱਚ ਲਿਖੇ ਹੋਏ ਆ, ਇਸੇ ਕਰਕੇ ਅੱਜ ਲੋਕ ਮੁਸਲਮਾਨ ਕੰਟਰੀਆਂ 'ਚ ਪੱਕੇ ਨਹੀਂ ਹੁੰਦੇ, ਜੇ ਮੁਸਲਮਾਨ ਕੰਟਰੀਆਂ 'ਚ ਪੱਕੇ ਹੁੰਦੇ ਤਾਂ ਡਬਈ 'ਚ ਅੱਜ ਭਾਈ ਜੀ ਵੀ ਪੱਕੇ ਹੁੰਦੇ, ਜੇ ਭਾਈ ਜੀ ਡਬਈ ਦੇ ਵਿੱਚ ਪੱਕੇ ਹੁੰਦੇ ਤਾਂ ਅੱਜ ਜੇਲ੍ਹ 'ਚ ਨਾ ਬੈਠੇ ਹੁੰਦੇ, ਕਿਉਂਕਿ ਉਸ ਦੇਸ਼ ਦੀ ਗਵਰਨਮੈਂਟ ਨੇ ਸਪੋਰਟ ਕਰਨਾ ਸੀ ਭਾਈ ਜੀ ਨੂੰ ਉਸ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਲਈ, ਕਿਉਂ ਸਾਡਾ ਵਸਨੀਕ ਆ, ਸਾਡਾ ਇੱਥੇ ਦਾ ਰਹਿਣ ਵਾਲਾ ਵਾ, ਤੇ ਇੱਥੇ ਦੇ ਰੂਲਸ ਉਹਦੇ ਲਈ ਅਪਲਾਈ ਹੁੰਦੇ ਆ, ਪਰ ਇਹ ਚੀਜ਼ ਪੂਰੀ ਨਹੀਂ ਹੋਈ, ਕਿਉਂਕਿ ਮੁਸਲਿਮ ਕੰਟਰੀਜ਼ ਦੇ ਵਿੱਚ ਅਧਿਕਾਰ ਨਹੀਂ ਆ ਉਹਨਾਂ ਲੋਕਾਂ ਨੂੰ ਕਿ ਕਿਸੇ ਨੂੰ PR ਦੇਣ, ਕਿਸੇ ਨੂੰ ਆਪਣੇ ਵਿੱਚ ਸ਼ਾਮਲ ਕਰਨ ਕਿਸੇ ਪਰਦੇਸੀ ਨੂੰ। ਇਹ ਸਿਰਫ ਪ੍ਰਭੂ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤੇ ਸੀ ਕਿ ਤੁਸੀਂ ਪਰਦੇਸੀਆਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਵਾ। ਇਸੇ ਲਈ ਅੱਜ ਲੋਕ ਫੋਰਨ ਦੇ ਵਿੱਚ ਜਾ ਕੇ ਸੇਫ ਫੀਲ ਕਰਦੇ ਨੇ, ਜਿਹੜਾ ਮਾੜਾ ਮੋਟਾ ਪੈਨਿਕ ਉਹਨਾਂ ਦੇਸ਼ਾਂ ਦੇ ਵਿੱਚ ਕ੍ਰੀਏਟ ਕੀਤਾ ਉਹ ਆਪਣੇ ਪੰਜਾਬੀਆਂ ਨੇ ਹੀ,
ਰੱਬ ਲੰਬੀ ਉਮਰ ਦੇ ਸਾਡੇ ਦੇਸ਼ ਦਾ ਵੀ ਭਲਾ ਹੋਵੇ ਸਾਡੇ ਪ੍ਰਾਈਮ ਮਿਨਿਸਟਰ ਦਾ ਭਲਾ ਇੱਥੇ ਉਹ ਐਂਡ ਕਰਦੇ ਤੇ ਇਹਨਾਂ ਲੋਕਾਂ ਦੀ ਸ਼ਾਂਤੀ ਜੇ ਤੁਸੀਂ ਭੰਗ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਤਾਂ ਬਾਅਦ ਦੇ ਵਿੱਚ ਬਦਲਾ ਲੈਣਗੇ ਉਹਦਾ ਇਹਨਾਂ ਦਾ ਪਰਮੇਸ਼ਵਰ ਪਹਿਲਾਂ ਬਦਲਾ ਲਏਗਾ ਜੇ ਤੁਸੀਂ ਸਮਝਦੇ ਹੋ ਤੁਸੀਂ ਇਹਨਾਂ ਲੋਕਾਂ ਨੂੰ ਡਰਾ ਲਓਗੇ ਤਾਂ ਲੋਕ ਡਰਨ ਵਾਲੇ ਨਹੀਂ ਆ ਤੇ ਮਸੀਹ ਲੋਕ ਜਿਹੜੇ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਬਾਈਬਲ ਵਿੱਚ ਸੰਤ ਪੌਲਸ ਜੀ ਨੇ ਲਿਖਿਆ ਕਿ ਕਿਹੜੀ ਸ਼ੈ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰ ਸਕਦੀ ਹੈ ਕਿ ਭੁੱਖ ਕਿ ਗਰੀਬੀ ਕਿ ਦੁੱਖ ਕਿ ਤਾੜਨਾ ਕਿ ਬਿਮਾਰੀ ਕੋਈ ਚੀਜ਼ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਨਹੀਂ ਕਰ ਸਕਦੀ ਅਸੀਂ ਜੈਵੰਤ ਤੋਂ ਵੀ ਵੱਧ ਕੇ ਹਾਂ ਕਿਉਂਕਿ ਅਸੀਂ ਜਿੱਤੇ ਹੋਇਆ ਤੋਂ ਵੀ ਵੱਧ ਕੇ ਹਾਂ ਕਿਤੇ ਇਹ ਸਾਰੀ ਜਿਹੜੀ ਮੈਂ ਵਰਸ ਬੋਲੀ ਆ ਤੁਸੀਂ ਪੜ੍ਹ ਸਕਦੇ ਹੋ ਰੋਮੀਓ ਦੀ ਕਿਤਾਬ ਦੇ 8 ਅਧਿਆਇ ਦੀ 35 ਆਇਤ ਦੇ ਵਿੱਚ ਇਹਨੂੰ ਲਿਖਣ ਵਾਲੇ ਸੰਤ ਪੌਲਸ ਜੀ ਨੇ ਕੋਈ ਵੀ ਚੀਜ਼ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਨਹੀਂ ਕਰ ਸਕਦੀ ਨਾ ਹੀ ਤੁਹਾਡਾ ਡਰਾਉਣਾ ਨਾ ਹੀ ਤੁਹਾਡੀਆਂ ਕਿਰਪਾਨਾਂ ਨਾ ਹੀ ਤੁਹਾਡਾ ਸਾਨੂੰ ਸਤਾਉਣਾ ਨਾ ਹੀ ਕੋਈ ਗਵਰਨਮੈਂਟ ਨਾ ਹੀ ਕੋਈ ਲੋਕ ਨਾ ਹੀ ਇਹ ਦੁੱਖ ਨਾ ਬਿਮਾਰੀਆਂ ਅਸੀਂ ਮਸੀਹ ਦੇ ਹਾਂ ਮਸੀਹ ਦੇ ਸੀ ਤਾਂ ਮਸੀਹ ਦੇ ਰਵਾਂਗੇ ਮੇਰਾ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਤੁਹਾਨੂੰ ਸਦਬੁੱਧੀ ਦੇਵੇ ਤੁਹਾਨੂੰ ਸੁਰੱਖਿਆ ਦੇਵੇ ਤੁਹਾਡੇ ਪਰਿਵਾਰਾਂ ਨੂੰ ਸੰਭਾਲ ਕੇ ਰੱਖੇ ਕਿਉਂਕਿ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾਵਾਂ ਕਰਦੇ ਹਾਂ ਕਿ ਪਰਮੇਸ਼ਵਰ ਜੋ ਸਾਡੇ ਤੋਂ ਬੈਰ ਰੱਖਦੇ ਨੇ ਉਹ ਵੀ ਸਾਡੇ ਪੁਰਾਣੇ ਆ ਤੂੰ ਉਹਨਾਂ ਨੂੰ ਵੀ ਬਰਕਤ ਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੂੰ ਕੰਮ ਕਰ ਤਾਂ ਕਿ ਲੋਕ ਤੇਰੇ ਵੀ ਪ੍ਰੇਮ ਨੂੰ ਜਾਣਨ ਮੇਰਾ ਪਿਤਾ ਜਿਸ ਤਰ੍ਹਾਂ ਤੁਸੀਂ ਮਸੀਹਾਂ ਨੂੰ ਫੜਨ ਆਏ ਸੀ ਮੇਰੀ ਦੁਆ ਹੈ ਕਿ ਮੇਰਾ ਪਰਮੇਸ਼ਵਰ ਤੁਹਾਨੂੰ ਫੜੇ ਉਹ ਤੁਹਾਡੇ ਦੀ ਕਿਰਪਾ ਕਰੇ ਜਿੱਦਾਂ ਉਹਨਾਂ ਨੇ ਸਾਨੂੰ ਬਚਾਇਆ ਉਹ ਤੁਹਾਨੂੰ ਵੀ ਬਚਾਉਣ ਪਰਮੇਸ਼ਵਰ ਤੁਹਾਨੂੰ ਬਰਕਤ ਦੇਣ ਮੈਂ ਜੇ ਇਸ ਵੀਡੀਓ ਦੇ ਵਿੱਚ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਬੋਲ ਗਿਆ ਹੋਵਾਂ ਤੇ ਮੈਂ ਹੱਥ ਜੋੜ ਕੇ ਮਾਫੀ ਚਾਹਾਂਗਾ ਆਪਣੇ ਸਾਰੇ ਸੁਣਨ ਵਾਲਿਆਂ ਤੋਂ ਜੇ ਮੇਰੇ ਕਿਸੇ ਸਿੱਖ ਵੀਰ ਨੂੰ ਵੀ ਮੇਰੇ ਇਹਨਾਂ ਵਿਚਾਰਾਂ ਤੋਂ ਕੋਈ ਠੇਸ ਪਹੁੰਚੀ ਹੋਵੇ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹਾਂਗਾ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਉਦੇਸ਼ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਡੇ ਤੱਕ ਮੈਸੇਜ ਕਨਵੇ ਕਰਨਾ ਹੈ ਕਿ ਜਿਹੜੇ ਲੋਕ ਮਸੀਹ ਦੇ ਨੇ ਉਹਨਾਂ ਨੂੰ ਤੰਗ ਨਾ ਕਰੋ ਉਹ ਲੋਕ ਤੁਹਾਡੇ ਲਈ ਦੁਆਵਾਂ ਕਰਦੇ ਨੇ ਤੁਹਾਨੂੰ ਪ੍ਰੇਮ ਕਰਦੇ ਨੇ ਸਾਡਾ ਮਕਸਦ ਕਿਸੇ ਨੂੰ ਦੰਗ ਯਾਦ ਕਰਨਾ ਨਹੀਂ ਸਾਡਾ ਮਕਸਦ ਆਪਣੇ ਪਰਮੇਸ਼ਵਰ ਦੀ ਪ੍ਰਸਤਿਸ਼ ਆਰਾਧਨਾ ਉਹਦੀ ਉਸਤਤ ਉਹਦੀ ਵਡਿਆਈ ਕਰਨਾ ਹੈ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੁਸੀਂ ਕਰੋ ਚਾਹੇ ਨਾ ਕਰੋ ਪਰਮੇਸ਼ਵਰ ਤੁਹਾਨੂੰ ਬਰਕਤ ਦੇ ਇਹ ਧਰਮ ਪਰਿਵਰਤਨ ਕਾ ਕਹਿੰਦੇ ਧਰਮ ਪਰਿਵਰਤਨ ਪੈਸੋ ਕੇ ਲਈ ਵੀ ਕਰ ਲੈਤੇ ਹੈ ਕੁਛ ਲੋਕ ਆਪ ਮੁਝੇ 2 ਕਰੋੜ ਦੀਜੋ ਬੋਲੀਏ ਜੈਨ ਬਣ ਜਾਓ ਮੈਂ ਬਤਾਉਂਗੀ ਆਪਕੋ ਮੈਂ ਬਣੂੰਗੀ ਕਿ ਨਹੀਂ ਮੇਰੇ ਪਾਸ ਆਪਣਾ ਘਰ ਨਹੀਂ ਹੈ ਮੈਂ ਪ੍ਰਭੂ ਯੇਸ਼ੂ ਮਸੀਹ ਸੇ ਪ੍ਰੇਮ ਕਰਤੀ ਹੂੰ ਕਭੀ ਨਹੀਂ ਬਦਲੂੰਗੀ ਚਾਹੇ ਮੇਰੇ ਕੋ ਖਾਨੇ ਕੋ ਮਿਲੇ ਯਾ ਨਾ ਮਿਲੇ ਯਾ ਆਪਕਾ ਆਪਕਾ ਆਪਣਾ ਸੰਬੰਧ ਪਰਮੇਸ਼ਵਰ ਕੇ ਸਾਥ ਹੈ ਆਪ ਇੱਕ ਬਾਤ ਬਤਾਈਏ ਮੈਂ ਸ਼ਾਦੀ ਸ਼ੁਦਾ ਹੂੰ ਮੇਰੇ ਹਸਬੈਂਡ ਹੈ ਉਹ ਮੁਝੇ ਆ ਕੇ ਬੋਲ ਦੇ ਇਹਨੇ ਛੋੜ ਦੋ 2 ਕਰੋੜ ਰੁਪਏ ਦੂੰਗੀ ਛੋੜ ਦੂੰਗਾ ਇਤਨਾ ਪ੍ਰੇਮ ਕਰਤਾ ਹੈ ਪ੍ਰਭੂ ਯੇਸ਼ੂ ਮਸੀਹ ਸੇ ਜੋ ਪ੍ਰੇਮ ਕਰਤਾ ਹੈ ਉਹ ਉਸਕੇ ਪੀਛੇ ਚਲੇਗਾ ਚਾਹੇ ਆਪ ਸਤਾਏ ਨਾ ਸਤਾਏ ਕੁਛ ਵੀ ਕਰ ਲੇ ਉਹ ਕਭੀ ਯੇਸ਼ੂ ਮਸੀਹ ਕੋ ਛੋੜੇਗਾ ਨਹੀਂ